चीचा वतनी के नवाही गांव, चवालीस बारह एल का मोहम्मद रिजवान उर्फ पीटी जिसके आजकल सोशल मीडिया पर चर्चे हैं। मोहम्मद रिजवान का दावा है कि वो एक टांग पर सौ जबकि दूसरी टांग पर पचास जबकि दोनों टांगों पर तीन हजार बैठक लगाता है उसने पाकिस्तान के तमाम नेशनल प्लेयर्स को चैलेंज किया है लेकिन किसी ने भी उसका चैलेंज कबूल नहीं किया मोहम्मद रिजवान उर्फ पीटी आठ साल से मेहनत कर रहा है और उसने मुख्तलिफ मुकाबलों में नकद इनाम ट्रॉफियां और एक गाय भी जीती है मोहम्मद रिजवान सुब नाश्ते में तीन पराठे मक्खन और घी खाने के साथ गाय का दूध भी पीता है जबकि दोपहर और रात को गोश्त खाता है इस हवाले से उनका क्या कहना था आइए देखते हैं नाम जी, मेरा नाम है रजवान रही मारदा बैठका सौ ਤੇ ਦੂਸਰੀ ਲੱਤ ਉੱਤੇ ਮਾਰਦਾ ਮੈਂ ਪਿਆ ਤੇ ਦੋਵਾਂ ਦੇ ਉੱਤੇ ਮਾਰਦਾ ਮੈਂ 2500 3000 ਇੰਨੇ ਮੈਂ ਮਾਰ ਦਿੰਦਾ ਵਾਂ ਤੇ ਜਿਹੜੀ ਮੈਂ ਦੋ ਟਾਈਮ ਮੈਂ ਇਹਦੇ ਨਾਲ ਤਿਆਰੀ ਮਿਹਨਤ ਵੀ ਕਰਦਾ ਵਾਂ ਤੇ ਜਿਹੜਾ ਖਰਾਕ ਆ ਮੇਰੀ ਸਵੇਰ ਦੀ ਸ਼ਾਮ ਦੀ ਉਹ ਸਵੇਰ ਤੇ ਨਾ ਪਰੋਠੇ ਹੁੰਦੇ ਆ ਦੇਸੀ ਘੇ ਤੇ ਮੱਖਣ ਇਹਦੇ ਨਾਲ ਤੇ ਸ਼ਾਮ ਨੂੰ ਜਿਹੜੀ ਹੁੰਦੀ ਆ ਗੋਸ਼ਤ ਵਗੈਰਾ ਇਹਦੇ ਨਾਲ ਸ਼ਾਮ ਨੂੰ ਮੇਰੀ ਹੁੰਦੀ ਆ ਰੋਟੀ ਤੇ ਤਿਆਰੀ ਡੋਰ ਟਾਈਮ ਤੇ ਤਿਆਰੀ ਵੀ ਕਰਦਾ ਬੱਚੇ ਵੀ ਜਿਹੜੇ ਆਰਪੀ ਦੇ ਪੜਾਉਣਾ ਮੈਂ ਸਵੇਰ ਉਦੋਂ ਸ਼ਾਮ ਨੂੰ ਤੇ 5 ਵਜੇ ਦਾ ਨਮਾਜ਼ੀਆਂ ਮੈਂ ਅਜ਼ਾਨ ਵੀ ਦਿੰਨਾ ਮੱਗ ਦੇ ਵਿੱਚ ਤੇ ਮਕਾਬਲੇ ਦੇ ਵਿੱਚ ਮੈਂ ਗਾਂ ਵੀ ਜਿੱਤੀ ਆ ਜਿਹਦਾ ਮੈਂ ਦੁੱਧ ਸਵੇਰ ਸ਼ਾਮ ਪੀਣਾ ਵਾ ਤੇ ਮੈਂ ਕਈਆਂ ਪਲੇਰਾਂ ਨੂੰ ਚੈਲੰਜ ਵੀ ਕੀਤਾ ਸੀਗਾ ਮਿਰਜ਼ਾ ਜੱਟ ਤੇ ਮਾਨਾ ਜੱਟ ਤੇ ਮਲਕ ਬਨੀਆਮੀਨ ਰਾਣਾ ਅਲੀ ਸ਼ਾਨ ਅਖਤਰ ਪਠਾਨ ਇਹਨਾਂ માં ਸਾਰਾਂ ਪਲੇਰਾਂ ਨੂੰ ਮੈਂ ਚੈਲੰਜ ਵੀ ਕੀਤਾ ਸੀਗਾ ਤੇ ਇਹਨਾਂ ਨੇ ਮੇਰਾ ਚੈਲੰਜ ਕਬੂਲ ਨਹੀਂ ਕੀਤਾ ਅਸਲਾਮੁਅਲੈਕਮ ਜੀ ਮੇਰਾ ਨਾਮ ਫੈਸਲ ਜੱਟ ਜੀ ਮੈਂ ਕਬੱਡੀ ਦਾ ਪਲੇਅਰ ਆ ਤੇ ਪੀੜੀ ਸਾਹਿਬ ਨੂੰ ਮਾਸ਼ਾਅੱਲਾਹ ਟ੍ਰੇਨਿੰਗ ਕਰਾਈ ਆ ਜੀ ਮੈਂ ਉਹਨੂੰ ਬੈਠਕਾਂ ਦੀ ਮਾਸ਼ਾਅੱਲਾਹ ਜੀ ਪੀੜੀ ਸਾਹਿਬ ਇੱਕ ਲਾਤੇ ਮਾਰ ਲੈਂਦੇ ਨੇ 100 ਬੈਠਕ ਦੂਸਰੀ ਲਾਤੇ ਮਾਰ ਲੈਂਦੇ ਨੇ 50 ਬੈਠਕ ਦੋਵਾਂ ਲੱਤਾਂ ਦੇ ਮਾਸ਼ਾਅੱਲਾਹ ਪੀੜੀ ਸਾਹਿਬ ਇੱਕੋ ਸਾਜ 3000 ਬੈਠਕ ਮਾਰ ਲੈਂਦੇ ਨੇ ਤੇ ਮਾਸ਼ਾਅੱਲਾਹ ਪੀੜੀ ਸਾਹਿਬ ਨੇ ਪੂਰੇ ਪਾਕਿਸਤਾਨ ਦੇ ਜਿੰਨੇ ਵੀ ਪਲੇਅਰ ਆ ਜਿਨ੍ਹਾਂ ਚ ਲਾਲਾ ਬੈਦੁੱਲਾਵਾਲ ਚਾਬਰ ਕੰਬੋ ਆ ਨਫੀਸ ਗੁੱਜਰ ਆ ਬਿਨੀਯਾਮੀਨ ਅਖਤਰ ਪਠਾਨ ਆ ਰਾਣਾ ਅਲੀ ਸ਼ਾਹ ਆ ਚਿਸ਼ ਟਿਕਟੋਕਰ ਹੈਗਾ 스타 ਮਿਰਜ਼ਾ ਜੱਟਾ ਇਹਨਾਂ ਸਾਰਿਆਂ ਨੂੰ ਪੀੜੀ ਸਾਹਿਬ ਨੇ ਚੈਲੰਜ ਕੀਤਾ ਵੀ ਮੇਰੇ ਨਾਲ ਮੁਕਾਬਲਾ ਕਰੋ ਤੇ ਕੋਈ ਵੀ ਬੰਦਾ ਪੀੜੀ ਸਾਹਿਬ ਦੇ ਮੁਕਾਬਲੇ 'ਚ ਨਹੀਂ ਆਇਆ ਪੀੜੀ ਸਾਹਿਬ ਨੇ 2-3 ਦਫਾ ਨਹੀਂ 5-6 ਦਫਾ ਇਹਨਾਂ ਨੂੰ ਕਾਲ ਵੀ ਕੀਤੀ ਵੀ ਮੇਰੇ ਨਾਲ ਮੁਕਾਬਲਾ ਕਰੋ ਪੀੜੀ ਸਾਹਿਬ ਨਾਲ ਕਿਸੇ ਨੇ ਮੁਕਾਬਲਾ ਨਹੀਂ ਕੀਤਾ ਪੀੜੀ ਸਾਹਿਬ ਦਾ ਹੁਣ ਵੀ ਚੈਲੰਜ ਆ ਮੇਰੇ ਨਾਲ ਪਾਕਿਸਤਾਨ 'ਚ ਜੋ ਕੋਈ ਵੀ ਆ ਜਾਏ ਪਲੇਅਰ ਮੇਰੇ ਨਾਲ ਮੁਕਾਬਲਾ ਕਰ ਸਕਦਾ ਤੇ ਸਾਡੀ ਗਵਰਨਮੈਂਟ ਅੱਗੇ ਇਹੇ ਦਰਖਾਸਤ ਆ ਜੀ ਪੀੜੀ ਸਾਹਿਬ ਆ ਕੇ ਗਰੀਬ ਬੰਦੇ ਤੇ ਗਵਰਨਮੈਂਟ ਇਹਨੂੰ ਸਪੋਰਟ ਕਰੇ ਤੇ ਪੀੜੀ ਸਾਹਿਬ ਪਾਕਿਸਤਾਨ ਦਾ ਪੂਰੀ ਦੁਨੀਆ ਜਨਾਮ ਰੋਸ਼ਨ ਕਰਨਾ ਚਾਹੁੰਦੇ ਨੇ ਤੇ ਗਵਰਨਮੈਂਟ ਅਗੇ ਇਹੀ ਦਰਖਾਸਤ ਆ ਕੇ ਪੀੜੀ ਸਾਹਿਬ ਦੀ ਸਪੋਰਟ ਕੀਤੀ ਜਾਵੇ